किसानां दे विच असी 2 महीने हो चुके ने किसानां दे नाल ही चलदे आ रहे हां। किसानां दे सवाल जाने कि ओ राजनीतिक पार्टियां तो की सवाल करना चाहुंदे ने। तुसी इत्थे बैठे हो, असी तुहाडा विरोध करन नहीं आए हैगे, असी भी जनता नूं दिखाउण आए हां कि किहड़ा विधायक जिहड़ा किसानां दे नाल है ते किहड़ा उहनां दे विरोध विच है। पर किसानां दे जिहड़े सवाल ने उहनां नूं घुमाओ ना, उहनां दा सिद्धा सिद्धा जवाब दिओ जी। कोई सवाल नहीं घुमा रहा, एक मैं तेन ध्यान ना दस दिता, कोई सवाल नहीं घुमा रहा, मेरा सीधा ही आ। सवाल ये सी कि हुण किसानां जिहड़े किसान ने किसी भी पार्टी दे उपर यकीन नहीं कर पा रहे, किहदा इस नूं जिम्मेवार मनदे हो? ਇਹ ਤੁਸੀਂ ਜਾਣੋ ਤੇ ਤੁਸੀਂ ਲੱਭੋ ਜ਼ਿੰਮੇਵਾਰ ਕੌਣ ਆ। ਅਸੀਂ ਕਿਉਂ ਲੱਭੀਏ ਜੀ, ਅਸੀਂ ਤਾਂ ਦੇਸ਼ ਦੀ ਜਨਤਾ ਆ। ਇਹ ਆਪਣੇ ਦੀ ਜ਼ਿੰਮੇਵਾਰ ਆ, ਨਾ ਕਿ ਕਿਸੇ ਪਾਰਟੀ ਲਈ। ਤੁਸੀਂ ਦੇਸ਼ ਦੀ ਜਨਤਾ ਨਹੀਂ ਜੇ ਤੁਸੀਂ ਇੱਕ ਮੀਡੀਆ ਵਾਲੇ ਹੋ। ਇਸ ਦੇ ਨਾਲ ਨਾਲ ਅਸੀਂ ਪਹਿਲਾਂ ਇੱਕ ਆਮ ਨਾਗਰਿਕ ਵੀ ਆ ਜੀ। ਮੈਂ ਵੀ ਆਮ ਨਾਗਰਿਕ ਆ ਪਹਿਲਾਂ, ਮੈਂ ਜੰਮਿਆ ਤੇ ਐਮਪੀ ਨਹੀਂ ਨਾ, ਮੈਂ ਵੀ ਆਮ। ਇਸ ਵਕਤ ਤੁਹਾਡੇ ਹੱਥ ਵਿੱਚ ਲੱਖਾਂ ਕਰੋੜਾਂ ਦੀ ਡੋਰ ਹੈ ਜੀ। ਫਿਰ ਮੈਂ ਆਪਣੀ ਜ਼ਿੰਮੇਵਾਰੀ ਉਹਦੀ ਨਿਭਾ ਰਿਹਾ ਹਾਂ। ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਤੁਸੀਂ ਜਾ ਕੇ ਪੁੱਛਣਾ ਜਿੰਨਾਂ ਨੂੰ, ਦੂਜਿਆਂ ਨੂੰ ਪੁੱਛ, ਮੈਨੂੰ ਕਿਉਂ ਪੁੱਛ? ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛੇ ਨੇ। ਫਿਰ ਜਾ ਕੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੋਗੇ। ਮੈਨੂੰ ਮੇਰਾ ਪੁੱਛੋ, ਮੈਂ ਆਪਣਾ ਦੱਸੂ। ਉਹੀ ਅੱਛਾ, ਤੁਸੀਂ ਇਹ ਨਹੀਂ ਦੱਸੋਗੇ? ਉਸ ਮੀਡੀਆ ਨੂੰ ਜਵਾਬ ਨਹੀਂ ਦਿਓ ਜਿਹੜਾ ਕਿਸਾਨ ਦੀ ਲਹਿਰ ਨੂੰ ਕਮਜ਼ੋਰ। ਅਸੀਂ ਕਿਸਾਨ ਦੀ ਲਹਿਰ ਨੂੰ ਕੋਈ ਕਮਜ਼ੋਰ ਨਹੀਂ ਕਰ ਰਹੇ, ਅਸੀਂ ਕਮਜ਼ੋਰ ਨਹੀਂ ਕਰ ਰਹੇ। ਜਿਹੜੀ ਤੁਸੀਂ ਜੀ ਇੱਕ ਉੱਤੇ ਬਾਜ ਪਹਿਲਾਂ ਉੱਚੀ ਦੀਵੀ ਰੱਖ, ਤੁਸੀਂ ਪਹਿਲਾਂ ਤੂੰ ਕਹਿ ਕੇ ਗੱਲ ਨਾ ਕਰੋ ਜੀ। ਕੀ ਕਰਦੇ? ਇਹ ਕਿੱਧਰ ਦੀ ਗੱਲ ਹੋਈ ਸਰ? ਇਹ ਕਿੱਧਰ ਦੀ ਗੱਲ ਹੋਈ ਸਰ? ਇਹ ਕਿੱਧਰ ਦੀ ਗੱਲ ਹੋਈ ਸਰ? ਇਹ ਕੋਈ ਗੱਲ ਨਹੀਂ ਹੁੰਦੀ ਸਰ, ਇਹ ਕੋਈ ਗੱਲ ਨਹੀਂ ਹੁੰਦੀ ਸਰ, ਐਦਾਂ ਨਹੀਂ ਹੋ ਸਕਦਾ, ਐਦਾਂ ਨਹੀਂ ਹੋ ਸਕਦਾ ਸਰ, ਤੁਸੀਂ ਹੱਥੀ ਨਹੀਂ ਪੈ ਸਕਦੇ। ਵਾਈ ਹੋਲਡ ਔਨ ਮੈਮ, ਇੱਕ ਮਿੰਟ, ਤੁਹਾਡੇ ਦਵਾਨੇ ਆ ਨਾ, ਇਦਾਂ ਨਹੀਂ ਹੁੰਦਾ ਮੈਮ। ਮੈਂ ਬੜੇ ਆਰਾਮ ਨਾਲ ਕੁਐਸਚਨ ਪੁੱਟ ਕਰਦੀ ਆ, ਮੀਡੀਆ ਨੂੰ ਹੱਕ ਨਹੀਂ ਹੈ ਕੁਐਸਚਨ ਪੁੱਟ ਕਰਨ ਦਾ। ਤੁਸੀਂ ਸਾਡਾ ਕੈਮਰਾ ਕਿਉਂ ਆਫ ਕਰ ਰਹੇ ਹੋ? ਔਰ ਤੁਸੀਂ ਤੂੰ ਕਹਿ ਕੇ ਕਿੱਦਾਂ ਗੱਲ ਕਰ ਰਹੇ ਹੋ? ਤੁਸੀਂ ਹੱਥ ਕਿਉਂ ਚੁੱਕ ਰਹੇ ਹੋ ਮੇਰੇ ਤੇ? ਕਾਲ ਕਾਲ ਦ ਕਾਪਸ, ਕਾਲ ਦ ਕਾਪਸ, ਵਾਈ ਕਾਲ ਦ ਕਾਪਸ? ਇੱਕ ਮਿੰਟ ਆਣਾ ਜੀ, ਵਾਈ ਕਾਲ ਦ ਕਾਪਸ? ਪਿੱਛੇ ਹੋ ਜਾਓ, ਬਿਲਕੁਲ ਪਿੱਛੇ ਕਰਕੇ ਕੋਈ ਇਦਾਂ ਇੱਕ ਨੂੰ ਬੁਲਾਓ। ਤੁਸੀਂ ਡਿਲੀਟ ਕਿਉਂ ਕਰ ਰਹੇ ਹੋ ਇਹ ਸਭ? ਮੈਮ ਪਿੱਛੋ ਭਾਈ ਸਾਹਿਬ, ਲੇਡੀਜ਼ ਇਨਸਪੈਕਟਰ ਭੇਜਣਾ ਇੱਕ ਵਾਰ। ਵਾਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਰਮ ਆ ਰਹੀ ਹੈ ਕਿਸਾਨੀ ਸੰਘਰਸ਼ ਤੇ ਬੈਠਿਆਂ ਨੂੰ, ਅੱਜ ਸਿਰ ਨੀਵਾ ਹੋ ਰਿਹਾ ਹੈ ਕਿਸਾਨੀ ਸੰਘਰਸ਼ ਤੇ। ਇੱਕ ਮਹੀਨੇ ਤੋਂ ਕੁੰਡਲੀ ਬਾਰਡਰ ਤੇ ਜੂਝਦਿਆਂ ਦਾ ਉਹ ਸਿਰ ਨੀਵਾ ਕੀਤਾ ਐਮਪੀ ਟਿੰਪੇ ਨੇ, ਉਹ ਸਿਰ ਨੀਵਾ ਕੀਤਾ ਇੱਕ ਕਾਂਗਰਸੀ ਲੀਡਰ ਨੇ, ਉਹ ਸਿਰ ਨੀਵਾ ਕੀਤਾ ਸੱਤਾ ਦੇ ਨਸ਼ੇ ਦੇ ਵਿੱਚ ਇੱਕ ਸ਼ਰਾਬੀ ਨੇ, ਜਿਹਨੂੰ ਲੱਖ ਲਾਮਤਾਂ ਵੀ ਪਾ ਲਈਏ ਤੇ ਉਹ ਥੋੜੀਆਂ ਨੇ। ਆ ਸਾਡੀ ਭੈਣ ਸਾਡੇ ਨਾਲ ਖੜੀ ਆ, ਚੰਦਨਪ੍ਰੀਤ ਕੌਰ ਇਸ ਭੈਣ ਦਾ ਨਾਮ ਹੈ ਤੇ ਇਹ ਭੈਣ RPD24 ਚੈਨਲ ਦੀ ਐਂਕਰ ਹੈ, ਮੀਡੀਆ ਪੱਤਰਕਾਰ ਹੈ। ਇਹ ਕੱਲ ਗਈ ਡਿੰਪੇ ਦੇ ਕੋਲ, ਤੁਸੀਂ ਵੇਖੀ ਉਹਦੀ ਹਯਾ, ਉਹਦੀ ਬਦਤਮੀਜ਼ੀ, ਉਹਦੀ ਬੇਸ਼ਰਮੀ ਦੀ ਵੀਡੀਓ, ਕਿਵੇਂ ਇਸ ਭੈਣ ਦੇ ਨਾਲ ਬਦ ਸਲੂਕੀ ਕੀਤੀ। ਸੰਗਤ ਜੀ, ਉਹ ਇਨ ਰਿਕਾਰਡ ਸੀ ਜਿਹੜਾ ਆਫ ਕੈਮਰਾ ਉਹ ਗੰਦੀ ਸ਼ਬਦਾਵਲੀ ਇਸ ਭੈਣ ਨੂੰ ਬੋਲਿਆ, ਉਹ ਡਿੰਪਿਆ, ਉਹ ਕੁੱਤਿਆ, ਉਹ ਤੇਰੇ ਘਰ ਦੇ ਵਿੱਚ ਮਾਂ ਹੈ ਨੀ, ਤੇਰੇ ਘਰ ਵਿੱਚ ਧੀ ਹੈ ਨੀ, ਤੇਰੇ ਘਰ ਵਿੱਚ ਭੈਣ ਹੈ ਨੀ, ਓਏ ਤੂੰ ਤਾਂ ਇਹ ਸ਼ਬਦਾਵਲੀ ਇਹ ਸਾਡੀ ਭੈਣ ਨੂੰ ਇਸ ਪੱਤਰਕਾਰ ਨੂੰ ਬੋਲਿਆ, ਉਹ ਜਿਹਦੇ ਤੇਰੇ ਘਰ ਵਿੱਚ ਧੀ ਭੈਣ ਹੁੰਦੀ, ਓਏ ਤੈਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਦੇ ਨਾਲ ਇੱਕ ਔਰਤ ਦੇ ਨਾਲ ਸਲੂਕੀ ਕਰੀਦੀ ਹੈ, ਇੱਕ ਔਰਤ ਦੇ ਨਾਲ ਵਿਹਾਰ ਕਰੀਦਾ। ਓਏ ਲੱਖ ਲਾਂਤਾ ਕਾਂਗਰਸੀਓ, ਓਏ ਤੁਸੀਂ ਅੱਜ ਜੰਤਰ ਮੰਤਰ ਤੇ ਬੈਠ ਕੇ ਤੁਸੀਂ ਲੜ ਰਹੇ ਹੋ ਕਿ ਕਾਂਗਰਸ ਸਰਕਾਰ, ਕਾਂਗਰਸ ਸਰਕਾਰ ਆ ਬਿਠਾਏ ਜੰਤਰ ਮੰਤਰ ਦੇ, ਤੁਸੀਂ ਆਪਣੇ ਗੰਦੇ ਅਯਾਸ਼ੀ ਕਰਨ ਵਾਲੇ ਇਹ ਲੋਕ, ਇਹ ਲੀਡਰ, ਜਿਹੜੀ ਭੈਣ ਉੱਥੇ ਸੇਫ ਨਹੀਂ, ਪੱਤਰਕਾਰ ਸੇਫ ਨਹੀਂ, ਓਏ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਕਿੱਥੋਂ ਸੇਫ ਹੋ ਲੈਣਗੀਆਂ ਤੁਹਾਡੇ ਰਾਜ ਦੇ ਵਿੱਚ? ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਹੁਣ 12 ਵਜੇ ਤਾਂ ਮੀਟਿੰਗ ਆ, 2:30 ਤੋਂ 3 ਵਜੇ ਜੰਤਰ ਮੰਤਰ ਦੇ ਵਿੱਚ ਉੱਥੇ ਪਹੁੰਚਣਾ ਭੈਣ ਨੇ, ਥਾਣੇ ਚ ਰਿਪੋਰਟ ਲਿਖਾਣ ਵਾਸਤੇ।
ते डिंपिया और तेरे च जुरत है ना राजपुरे रीना में परवाना कहते मेनू सारे भेज बंदे आ और पै किसे बंदे दे गल तेनू पता लगे भी किसे दे नाल गल पिया ते हाशद की हुंदा है तू सरकारी सत्ता दे विच नशे च चूर है ना तू आ जा तू सत्ता लेके आ जा अपनी तू सरकार लेके आ जा अपनी तेनू दसीए सी किसे की हुंदे ने तू इत्थे जे जम्मे है ओह किसे जम्मण वाली नू अज आ बैठा ए आपा हजा वीर ओह इहदा नाम बिल्ला लसोई वाला है अज इस अपाहज ने जेड़ा शब्द बोले डिंपिया ओए जम्मण वाली नू भी लामता पेंदियां पिया ने जिन्ने तेनू जम्मिया ओहदा की गुनाह सी ओहदा की कसूर सी डिंपिया जिन्ने तेनू जम के सुद्धिया तेनू गंद नू ते तू साडियां आ खडूर साहब तो तू एम पी बनिया आ साडियां भैणा दी इज्जत ना कर सके इन्हां दे मैक चुक चुक के मारे धक्के नाल वीडियो डिलीट करावे उत्थे पुलिस दी हाजरी च तू इन्हां नू की शब्द बोलिया ओ फिर कौन बोल दे मेरी भैणे तेनू बोलिया की बदतमीजी की नाल मेन ए भी कहा के तू इथे की लैन आई आ तू जा सकदी आ इथे तेरी इथे जरूरत नहीं है ये सारे उन्होंने उन्होंने शब्द बोले कैमरा तोड़िया माइक तोड़िया साडे कार्ड उथे रख ले और सारा समान उथे रख लिया ते जो तक उन्होंने टीम ने आके सारा कुछ चेक नहीं किया कि कैमरे विच कुछ रहता नहीं गया उतक सानू आन नहीं दिता गया और शब्द गंदे शब्दावली वरती सारा कुछ सर ऑन रिकॉर्ड है ए मां खड़ी आ भैन दी ए पिताजी खड़े ने ए भरा आ ए भैन 26 तरीक तो टिकरी बॉर्डर ते जिम्मेवारियां सांभ रही 26 तरीक तो सो आओ जंतर मंत्र ते वध चढ़ के पहुंचो सारी जिम्मेवारियां सांभो वाहेगुरु जी का खालसा ते वाहेगुरु जी की फतेह।